ਹਾਂਜੀ ਫਰੈਂਡਸ ਵੈਲਕਮ ਟੂ ਇਨਫੋਬੋਰਟ ਆ ਗਵਰਨਮੈਂਟ ਜobs ਅੱਜ ਗੱਲ ਕਰਾਂਗੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੀਕੇ ਨਿਕਲੀਆਂ ਹੋਈਆਂ ਪੋਸਟਸ ਬਾਰੇ ਕਿੰਨੀਆਂ ਪੋਸਟਸ ਨੇ ਕੀ ਕੁਆਲਿਫਿਕੇਸ਼ਨ ਰਹੇਗੀ ਸੈਲਰੀ ਕੀ ਰਹੇਗੀ ਪੂਰੀ ਡਿਟੇਲ ਚ ਦੱਸਾਂਗੇ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਅਗਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਹੀ ਕਰੋ ਬੈਲ ਆਈਕਨ ਵੀ ਪ੍ਰੈਸ ਕਰ ਲਓ ਬੈਲ ਆਈਕਨ ਪ੍ਰੈਸ ਕਰਨਾ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਜਦੋਂ ਕੋਈ ਵੀ ਨੌਕਰੀ ਆਉਂਦੀ ਹੈ ਉਹਦੀ ਜਾਣਕਾਰੀ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਇਸ ਲਈ ਬੈਲ ਆਈਕਨ ਪ੍ਰੈਸ ਕਰਨਾ ਪਊਗਾ ਜੀ ਅਗਰ ਬੈਲ ਆਈਕਨ ਨਹੀਂ ਪ੍ਰੈਸ ਕੀਤਾ ਹੋਇਆ ਤਾਂ ਉਹਦੀ ਜਾਣਕਾਰੀ ਤੁਹਾਡੇ ਕੋਲ ਨਹੀਂ ਪਹੁੰਚੇਗੀ ਠੀਕ ਹੈ ਜੀ ਜਿਆਦਾ ਦੇਰ ਨਾ ਲਾਉਂਦੇ ਹੋਏ ਸ਼ੁਰੂ ਕਰਦੇ ਆਂ ਵੀਡੀਓਜ਼ ਜਿਹੜੀਆਂ ਇਹ ਪੋਸਟਸ ਨੇ ਸੀਨੀਅਰ ਕੰਸਲਟੈਂਟ ਓਪਨ ਐਂਡ ਡਿਸਟੈਂਸ ਐਜੂਕੇਸ਼ਨ ਦੀ ਪੋਸਟ ਹੈਗੀ 60000 ਰੁਪਏ ਪ੍ਰਤੀ ਮਹੀਨਾ ਤਨਖਾਹ ਹੈ ਜੀ ਇਹਦੀ ਕੰਸਲਟੈਂਟ ਆਈਟੀ ਦੀ ਇੱਕ ਪੋਸਟ ਹੈ ਜੀ 50000 ਪਰ ਮੰਥ ਇਹਦੀ ਸੈਲਰੀ ਹੈ ਹੁਣ ਗੱਲ ਕਰ ਲੈਨੇ ਆਪਾਂ ਯੋਗਤਾ ਸੀਨੀਅਰ ਕੰਸਲਟੈਂਟ ODE ਪ੍ਰੋਫੈਸਰ ਜਾਂ ਰਿਟਾਇਰਡ ਪ੍ਰੋਫੈਸਰ ਜਿਸ ਨੂੰ ਓਪਨ ਐਂਡ ਡਿਸਟੈਂਸ ਐਜੂਕੇਸ਼ਨ ਖਾਸ ਤੌਰ ਤੇ ਪ੍ਰਿੰਟ ਆਡੀਓ ਵਿਜੂਅਲ ਅਤੇ ਆਨਲਾਈਨ ਵੱਖ-ਵੱਖ ਮਾਧਿਮਾਂ ਵਿੱਚ ਸਟੱਡੀ ਮਟੀਰੀਅਲ ਡਿਵੈਲਪ ਕਰਨ ਦਾ ਘੱਟੋ-ਘੱਟ 20 ਸਾਲ ਦਾ ਤਜਰਬਾ ਹੋਵੇ ਜੀ ਕੰਸਲਟੈਂਟ ਆਈਟੀ ਦੀ ਗੱਲ ਕਰ ਲੈਣੇ ਆ ਲਈ ਕੰਪਿਊਟਰ ਐਪਲੀਕੇਸ਼ਨ ਵਿੱਚ ਘੱਟੋ-ਘੱਟ 10 ਸਾਲ ਦੇ ਤਜਰਬੇ ਦੀ ਮੁਹਾਰਤ ਹਾਸਲ ਹੋਵੇ ਚਾਹਵਨ ਉਮੀਦਵਾਰ ਸੀਵੀ ਅਤੇ ਸਬੰਧਤ ਦਸਤਾਵੇਜ਼ ਜੀਜੀਐਨਡੀ@psou.ac.in ਤੇ ਆਨਲਾਈਨ ਅਪਲਾਈ ਕਰ ਸਕਦੇ ਹਨ ਆਨਲਾਈਨ ਅਪਲਾਈ ਕਰਨ ਦੀ ਅੰਤਿਮ ਮਿਤੀ 18 ਜਨਵਰੀ 2021 ਹੈ ਜੀ ਲਾਸਟ ਡੇਟ ਜਿਹੜੀ ਰਹੇਗੀ ਉਹ 18 ਜਨਵਰੀ 2021 ਹੈ ਅਪਲਾਈ ਕਿਵੇਂ ਕਰਨਾ ਹੈ ਅਪਲਾਈ ਤੁਸੀਂ ggnd@psou.ac.in ਤੇ ਆਨਲਾਈਨ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਕਮੈਂਟ ਜਰੂਰ ਕਰ ਦਿਓ ਅਗਰ ਨਹੀਂ ਪਤਾ ਲੱਗਿਆ ਤਾਂ ਵੈਬਸਾਈਟ ਤੇ ਕੁਝ ਆਨਲਾਈਨ ਦਸਤਾਵੇਜ਼ ਵਿੱਚ ਕੁਝ ਨਹੀਂ ਹੋ ਰਿਹਾ ਤਾਂ ਕਮੈਂਟ ਜਰੂਰ ਕਰਿਓ ਠੀਕ ਹੈ ਜੀ ਤੁਸੀਂ ਵੀ ਤੁਸੀਂ ਨਹੀਂ ਬਣਾਉਣੀ ਆਉਂਦੀ ਤਾਂ ਕਮੈਂਟ ਜਰੂਰ ਕਰ ਦਿਓ ਆਪਾਂ ਨੂੰ 커ਰਿਕੂਲਮ ਬਟੇ ਸਿਖਾ ਦੇਾਂਗੇ ਬਣਾਉਣੀ ਸੋਨੂੰ ਠੀਕ ਹੈ ਜੀ ਪਰ ਜਿਨ੍ਹਾਂ ਦੀ ਬਣੀ ਹੋਈ ਹੈ ਉਹ ਆਪਦੀ ਸੀਵੀ ਦੇ ਨਾਲ ਸਬੰਧਤ ਦਸਤਾਵੇਜ਼ਾਂ ਨਾਲ ਅ ਵੈਬਸਾਈਟ ਦਾ ਲਿੰਕ نیچے ਡਿਸਕ੍ਰਿਪਸ਼ਨ ਵਿੱਚ ਦੇ ਦੇਵਾਂਗੇ ਉਤੋਂ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਲਾਸਟ ਡੇਟ ਦੁਬਾਰਾ ਫੇਰ ਯਾਦ ਕਰਾ ਦਈਏ ਤੁਹਾਨੂੰ 18 ਜਨਵਰੀ 2021 ਰਹੇਗੀ ਤੇ ਫੀਸ ਵਗੈਰਾ ਇਹਨਾਂ ਨੇ ਕੁਝ ਦੱਸਿਆ ਨਹੀਂ ਹੋਇਆ ਫੀਸ ਦਾ ਕੁਝ ਨਹੀਂ ਦੱਸਿਆ ਇਹਨਾਂ ਨੇ ਜਦੋਂ ਅਪਲਾਈ ਕਰੋਗੇ ਤੁਸੀਂ ਅਪਲਾਈ ਕਰਨ ਵੇਲੇ ਅਗਰ ਕੋਈ ਐਪਲੀਕੇਸ਼ਨ ਫੀਸ ਮੰਗਦੇ ਹੈ ਤਾਂ ਦੇਖੋ ਫੀਸ ਭਰ ਦਿਓ ਇਸੇ ਤਰ੍ਹਾਂ ਅਪਲਾਈ ਕਰਨ ਦੇ ਲਈ ਨਾ ਆਪਾਂ ਨੇ ਇੱਕ ਇੱਕ ਟੈਗ ਗੁਰੂ ਨਾ ਦਾ ਚੈਨਲ ਵੀ ਬਣਾਇਆ ਹੋਇਆ ਆਪਣਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਵੀ ਪ੍ਰੈਸ ਕਰ ਲਓ ਤਾਂ ਕਿ ਜਦੋਂ ਵੀ ਕੋਈ ਇਹੋ ਜਿਹੀ ਵੀਡੀਓ ਪਵੇ ਉਹਦੀ ਜਾਣਕਾਰੀ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਜੀ ਹੋਰ ਕਈ ਪੋਸਟਸ ਪਈਆਂ ਨੇ ਆਪਣੇ ਚੈਨਲ ਤੇ ਚੈਨਲ ਨੂੰ ਵਿਜ਼ਿਟ ਕਰੋ ਜਿਹੜੀ ਪੋਸਟ ਤੁਹਾਨੂੰ ਲੱਗਦਾ ਤੁਸੀਂ ਅਪਲਾਈ ਕਰ ਸਕਦੇ ਹੋ ਅਪਲਾਈ ਕਰੋ ਠੀਕ ਹੈ ਜੀ ਆਪਣੇ ਚੈਨਲ ਦੇ ਉੱਪਰ ਪੁਲਿਸ ਡਿਪਾਰਟਮੈਂਟ ਦੀਆਂ 7298 ਪੋਸਟਸ ਆਈਆਂ ਹੋਈਆਂ ਨੇਗੀਆਂ ਉਹ ਪਈਆਂ ਨੇ ਪੁਲਿਸ ਭਰਤੀ ਦੀਆਂ ਠੀਕ ਹੈ ਜੀ ਨਰੇਗਾਜ ਪੋਸਟਾਂ ਨਿਕਲੀਆਂ ਹੋਈਆਂ ਨੇਗੀਆਂ ਉਹ ਪਈਆਂ ਨੇਗੀਆਂ ਹੋਰ ਕਾਫੀ ਪੋਸਟਸ ਪਈਆਂ ਨੇ ਐਡੀਸੀ ਆਫਿਸ ਦੀਆਂ ਪਈਆਂ ਨੇਗੀਆਂ ਵਟਿੰਡੇ ਦੀ ਭਰਤੀ ਸੀ ਕਿ ਜਿਹੜੀ ਉਹ ਤਾਂ ਚਲੋ ਚਲ ਹੁਣ ਚਲੀ ਗਈ ਹੈ ਹੋਰ ਕਾਫੀ ਪੋਸਟਸ ਪਈਆਂ ਨੇ ਜਿਨ੍ਹਾਂ ਦੀ ਡੇਟ ਪਈ ਹੈਗੀ ਜਿਹੜੀ ਪੋਸਟ ਤੁਹਾਨੂੰ ਲੱਗਦਾ ਤੁਸੀਂ ਅਪਲਾਈ ਕਰ ਸਕਦੇ ਹੋ ਅਪਲਾਈ ਜਰੂਰ ਕਰੋ ਇੱਕ ਵਾਰੀ ਵੀਡੀਓ ਨੂੰ ਦੇਖੋ ਡਿਸਕ੍ਰਿਪਸ਼ਨ ਨੇ ਜਿਹੜੇ ਉਹਦੇ ਵਿੱਚ ਵੀ ਸ਼ੋ ਕਰਦੇ ਆ ਆਪਣੇ ਗਰੁੱਪ WhatsApp ਗਰੁੱਪ ਆਈਡੀ ਉਹਦੇ ਟੈਲੀਗ੍ਰਾਮ ਚੈਨਲ ਦੇ ਪਏ ਨੇਗੇ ਤੇ ਫੇਸਬੁੱਕ ਦਾ ਪੇਜ ਦਾ ਲਿੰਕ ਦਿੱਤਾ ਹੋਇਆ ਸਾਰੇ ਚੀਜ਼ਾਂ ਨੂੰ ਜੁਆਇਨ ਕਰ ਲਓ ਜਿੱਥੋਂ ਤੁਹਾਨੂੰ ਲੱਗਦਾ ਵੀ ਸਾਰੇ ਕਿਤੋਂ ਜਾਣਕਾਰੀ ਮਿਲ ਜੇ ਠੀਕ ਹੈ ਉਹ ਜੁਆਇਨ ਜ਼ਰੂਰ ਕਰ ਲਓ ਬਾਕੀ ਹੋਰ ਪੋਸਟਾਂ ਇੱਕ ਵਾਰੀ ਵਿਜ਼ਿਟ ਕਰ ਲਿਓ ਸੁਜੈਸਟਰ ਚ ਉੱਪਰ ਸ਼ੋ ਕਰਦੀਆਂ ਹੋਣਗੀਆਂ ਐਂਡ ਸਕਰੀਨ ਤੇ ਸ਼ੋ ਕਰੀ ਜਾਂਦੀਆਂ ਨੇ ਚਾਰ ਵੀਡੀਓਜ਼ ਠੀਕ ਹੈ ਇਹਨਾਂ ਚੋਂ ਜਿਹੜੀ ਵੀਡੀਓ ਤੁਹਾਨੂੰ ਲੱਗਦਾ ਅਪਲਾਈ ਕਰ ਸਕਦਾ ਤੁਸੀਂ ਅਪਲਾਈ ਕਰੋ ਮਿਲਦੇ ਹਾਂ ਜੀ ਹੋਰ ਵਧੀਆ ਜਿਹੇ ਪੋਸਟਾਂ ਦੇ ਨਾਲ ਤਦ ਤੱਕ ਦੇ ਰਹੇ ਵੀ ਸੇਫ ਸਟੇ ਕਨੈਕਟ ਹਾਂਜੀ ਬੈਲ ਆਈਕਨ ਜਰੂਰ ਪ੍ਰੈਸ ਕਰ ਲਿਓ ਸਬਸਕ੍ਰਾਈਬ ਵੀ ਕਰ ਲਿਓ ਬਾਰ-ਬਾਰ ਤਾਂ ਕਹਿੰਨੇ ਆ ਤਾਂ ਕਿ ਜਦੋਂ ਕੋਈ ਵੀ ਐਪਲੀਕੇਸ਼ਨ ਤੋਂ ਜਾਣਕਾਰੀ ਆਵੇ ਜੋ ਕੋਈ ਪੋਸਟ ਆਵੇ ਉਹਦੀ ਜਾਣਕਾਰੀ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਜੀ ਬਾਏ ਬਾਏ ਟੇਕ ਕੇਅਰ